होर किन्नी रोटी लिया के देवा हूनी दस दे मेनू किन्नी रोटी लिया के देवा मैं काम भी करने ने फिर जो काम करने बैठ जूंगी उदों तू होकरे लग जाएगा मारन मेनू रोटी लिया दे रोटी लिया दे ए तौं जान दे खान पीन के टाइम भी नहीं तौं टिकदी न्यू किस तरह पता लगा भी वो रोटी चाहिए ये प्लेट वाली खाऊंगा फिर पता लगेगा भी कितनी भूख है मैं तो तेने तो पा रखी हां एक ता फारसी बोलन लग जाना तड़की एक ऐनका ला लेना पता ही नहीं लगता की बोलदा की ना कहंदी एक ऐनका सियां ला लै ए डॉक्टर ने बताया कहंदा तेरे चिट्टा मोतिया हो रिया लंबी दवाई खानी पड़ेगी तेरे रंडी रोने ने ले लिया मैं तो तेरे रंडी रोने ने मेनू रोटी नहीं फड़ा सकती बाबा कहदे पांच चौकियां भरनियां ने पांचे बारी जाएगी बाबे कोले मेनू एक एक करके रोटी नहीं फड़ा सकती बे बस कर आ बन्ने तेरे मुरे दो हाथ आ रोटी चुलस के ना दुकान ते बग जा चार पैसे आ जाएंगे इथे जुबान लड़ाउन लग रहे मेरे नाल सांग बग जा बग जा ਕਿਤਾ ਜੀ ਤੋਂ ਤੋਂ ਨਹੀਂ ਲੋਟ ਆਉਂਦੀ ਹੈਗੀ ਇੱਕ ਦਿਨ ਦੋ ਵੀ ਕਲੇਸ਼ ਕਰੀ ਰੱਖੇਗੀ ਸਾਰਾ ਦਿਨ ਨੀ ਤੇਰਾ ਯਾਰ ਹਿਸਟਰੀ ਜੋੜ ਲਾਉਂਦਾ ਪੱਕੇ ਨੀ ਤੇਰਾ ਹੀ ਯਾਰ ਹਿਸਟਰੀ ਲੈ ਦੇਖ ਲੈ ਕਿਵੇਂ ਆਉਂਦਾ ਰ ਕਾਟ ਲਾਉਂਦਾ ਵੱਡਾ ਚਮਕੀਲਾ ਲੈ ਉਹਨੂੰ ਪੁੱਛਦੀ ਆ ਮੈਂ ਪਹਿਲਾਂ ਉੱਥੇ ਜਾ ਕੇ ਪੱਖੇ ਬਾਰੇ ਨਹੀਂ 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 ਤੇਰਾ ਨਹੀਂ ਨਹੀਂ ਬੇ ਹੇ 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 ਗੰਮ ਕਰੀ ਜਾਣਾਗਾ ਵੱਡਾ ਚਮਕੀਲਾ ਬਣਿਆਗਾ ਮੈਨੂੰ ਐਂ ਦੱਸ 10 ਦਿਨ ਹੋ ਗਏ ਤੇਰੀ ਦੁਕਾਨ ਤੇ ਪੱਖਾ ਧਰੇ ਨੂੰ ਪੱਖਾ ਸਾਡਾ ਸਮਾਰ ਤੱਕ ਨਾ ਚਾਚੀ ਕਿਹੜੇ ਰੰਗ ਦਾ ਪੱਖਾ ਸੋਡਾ ਉੱਥੇ ਤਾਂ ਬਾਲੇ ਪਏ ਨੇ ਨਾ ਹੁਣ ਤੈਨੂੰ ਜਦ ਪੱਖਾ ਲੈ ਕੇ ਤੂੰ ਇਹਨਾਂ ਪਟਾ ਦੀ ਕਿਤੇ ਪੱਖਾ ਸਾਡਾ ਕਿਸੇ ਨੂੰ ਹੋਰ ਦੇ ਨਵਾਂ ਗਾ ਉਹਦਾ ਵੱਡੀ ਮੋਟਰ ਵਾਲਾ ਪੱਖਾ ਗਾ ਸਾਡੀ ਬਹੂ ਲੈ ਕੇ ਆਈਦੀ ਦਾਜ ਚ ਠੀਕ ਆ ਨਾਲੇ ਮੇਰੀ ਗੱਲ ਸੁਣ ਸਾਡਾ ਪੱਖਾ ਨਾ ਉਹ ਆਗਾ ਜੈਰੋ ਆ ਸੁਰ ਮਰੰਗਾ ਜਾ ਅੱਛਾ ਅੱਛਾ ਠੀਕ ਹੈ ਮੈਂ ਚ ਗੌਰ ਕਰ ਲੂੰਗਾ ਸਮਝਾ ਦੂੰਗਾ ਸਮਾਰ ਨਹੀਂ ਠੀਕ ਆ ਹਾਂ ਹਾਂ ਠੀਕ ਹੈ ਉਹ ਸੱਚ ਆਪਣਾ ਬਕਾਇਆ ਤਾਂ ਨਹੀਂ ਰਹਿੰਦਾ ਨਾ ਮੈਨੂੰ ਆਏ 10 ਕੰਜਰਾ ਅਸੀਂ ਪਹਿਲਾਂ ਖਾਸੇ ਪਿੰਡ ਦੇ ਪੈਸੇ ਮਾਰ ਗਏ ਹੈ ਪਿੰਡ 'ਚ ਰਹਿਣ ਵਾਲੇ ਜੈਰ ਹੋਏ ਦੇ ਹੋਰ ਪਿੰਡ ਦੇ ਤਾਂ ਨਹੀਂ ਹੈਗੇ ਚਾਚੀ ਉਹ ਗੱਲ ਨਹੀਂ ਪਤਾ ਕੀ ਹੈ ਜਿਹਦੇ ਕੰਨੀ ਸਾਡਾ ਬਕਾਇਆ ਰਹਿੰਦਾ ਹੋਵੇ ਅਸੀਂ ਉਹਦੇ ਓਨੀ ਗੇੜੇ ਮਰਵਾਉਂਦੇ ਆ ਫਿਰ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਗੇੜੇ ਮਾਰਨੇ ਕਿੰਨੇ ਔਖੇ ਨੇ ਚੰਗਾ ਬਸ ਕਰ ਕਿਵੇਂ ਬੋਲਣ ਲੱਗ ਰਿਹਾ ਚਬਰ ਚਬਰ ਨਾ ਉਹਦਾ ਤੇਰਾ ਮਿਸਤਰੀ ਦਾ ਜਿਹਾ ਜਿਹਾ ਹੈਗਾ ਹੈਗਾ ਭੋਲਾ ਤਾਂ ਤੂੰ ਉਹਦੇ ਨਾਲ ਵੀ ਚੜਦਾਗਾ ਚਾਚੀ ਮੇਰੇ ਉਸਤਾਨ ਨੂੰ ਮਾੜਾ ਨਾ ਬੋਲੀ ਮੇਰੀ ਭਵੇਂ ਜਿੰਦ ਕੱਢ ਲੈ ਨਾਲੇ ਮੇਰੀ ਗੱਲ ਸੁਣ ਲੈ ਤੂੰ ਪੈਸੇ ਤਾਂ ਦਿੰਦੀ ਨੀ ਕਰਦੀ ਨੀ ਕਹਿੰਦੂਗੀ ਜਿਉਂਦੇ ਬਸਦੇ ਰਹੋ ਵੀ ਬੰਦਾ ਜਿਉਂਦਾ ਬਸਦਾ ਕਿਵੇਂ ਰਹਿ ਜੂਗਾ ਜਦੋਂ ਰੁਪਈਏ ਹੀ ਨਹੀਂ ਦਿੰਦੀ ਉਹ ਤਾਂ ਫਾ ਹੀ ਲਊਗਾ ਫਿਰ ਰੁੜ ਜਾਣਾ ਦਮ ਤਾ ਲੈ ਲੈ ਕਰੀ ਜਾਣਾਗਾ ਪਲੇਖ ਦੇ ਜਾਣਾ ਕਿਦੋਂ ਨਹੀਂ ਦਿੱਤਾ ਪੈਸੇ ਅਸੀਂ ਨੇ ਚੰਗਾ ਚਾਚੀ ਤੂੰ ਤਾਂ ਵਿਹਲੀ ਆ ਮੈਂ ਦੁਕਾਨ ਖੋਲਣੀ ਆ ਜਾ ਕੇ ਹੋਰ ਆ ਵਿਹਲੀ ਆ ਤੂੰ ਤਾਂ ਕਹਿੰਦਾ ਤੂੰ ਲੈ ਨਾ ਪਹਾੜੋ ਪੱਥਰ ਚੁੰਦਰਾ ਕੀ ਕਹਾਂ ਤੈਨੂੰ ਮੈਂ ਘੰਟਾ ਕਰੀ ਜਾਣਾ ਰੁੜ ਜਾਣਾ ਬੁੜੀ ਜੀ ਅੱਜ ਫੇਰ ਗੋਡੇ ਜਿੱਡਾ ਲਾਂਬਾ ਦੇਗੀ ਉਸਤਾਦ ਨੂੰ ਅਲਰਟ ਕਰਨਾ ਪਊਗਾ ਵੀ ਐਮਰਜੈਂਸੀ ਹੈ ਫੋਨ ਲਾਉਣ ਦੇ ਉਸਤਾਦ ਨੂੰ ਯਾ ਕੇ ਕਹੇਗਾ ਸਰਵਾਲਾ ਮੇਰੇ ਬਿਨਾ ਕੰਮ ਕਰਕੇ ਨਹੀਂ ਰਾਜੀ ਆ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਬੁੜੀ ਜੀ ਅੱਜ ਫਿਰ ਲਾਂਬਾ ਦੇ ਗਈ ਵੀ ਸਾਡਾ ਪੱਖਾ ਦਿਓ ਹੋ ਤਾਂ ਮੈਂ ਗੁਰ ਹਕਸ ਕੇ ਉੱਥੇ ਕਸਿਆ ਦਿੱਤੀ ਜੇ ਅੱਜ ਪੱਖਾ ਨਾ ਖੋਲ ਕੇ ਲਿਆਂਦਾਗਾ ਉਸਤਾਦ ਜੀ ਸਮਝ ਲਓ ਕੁੱਟ ਪੈਣ ਦਾ ਪੂਰਾ ਪ੍ਰਬੰਧ ਬਣ ਗਿਆ ਮੈਂ ਮਰ ਜਾ ਹੌਲੀ ਬੋਲ ਨਾ ਪਹਿਲਾਂ ਗੱਲ ਥਾਈ ਬੁਰਕੀ ਦਾ ਟਪਾ ਲਾ ਕਿਧਰ ਨਹੀਂ ਤੇਰੇ ਸਾਈਲਰ ਨੂੰ ਘਾਟਾ ਪੈਂਦਾ ਗੱਲ ਚ ਫਸਾਏਗਾ ਬੁਰਕੀ ਇਹ ਕੌਣ ਜਾਣਦੇ ਤੇਰਾ ਆ ਰੰਡੀ ਰੋੜਾ ਨਹੀਂ ਮੁਕਦਾ ਕੋਈ ਤਾਂ ਸਵੇਰੇ ਮੱਝਾਂ ਗਿਆ ਧਾਰਾਂ ਕੱਢਾ ਕੋਈ ਗੁਰਦੁਆਰੇ ਜਾਵਾ ਤੇਰਾ ਆ ਰੰਡੀ ਰੋੜਾ ਨਹੀਂ ਮੁਕਦਾ ਉਸਤਾਦ ਜੀ ਤੁਸੀਂ ਵੀ ਕਮਾਲ ਕਰਦੇ ਹੋ ਜਿੱਥੇ ਤਾਂ ਮੈਂ ਧਾਰ ਕੱਢਣ ਲੱਗ ਗਿਆ ਉੱਥੇ ਤੁਸੀਂ ਮੇਰੇ ਗਲ ਪੈ ਗਏ ਵੀ ਛੋਟੇ ਘਰੇ ਹੋਰ ਕੋਈ ਧਾਰਾ ਕੱਢਣ ਵਾਲਾ ਨਹੀਂ ਹੁਣ ਮੈਂ ਧਾਰ ਨਹੀਂ ਕੱਢ ਕੇ ਆਇਆ ਹੁਣ ਕਹਿੰਦੇ ਧਾਰ ਕਿਉਂ ਨਹੀਂ ਕੱਢਦਾ ਕਮਾਲ ਹੋਈ ਜਾਂਦੀ ਉਸਤਾਦ ਜੀ ਛੋਟੇ ਵਾਲੇ ਵੀ ਉਸਤਾਦ ਜੀ ਹੈਲੋ ਹੁਣ ਕੱਟ ਗਏ ਕਮਾਲ ਹੋ ਰਹੀ ਹੈ ਉਸਤਾਦ ਵਾਲੀ ਵੀ ਮੈਨੂੰ ਲੱਗਦਾ ਵੀ ਭੁੱਕੀ ਚ ਗੋਲੀਆਂ ਆਉਣ ਲੱਗ ਗਈਆਂ ਸਤਿੰਦਰਾ ਕਹਿੰਦਾ ਕੁਛ ਹੋਰ ਹੈ ਕਰਦਾ ਕੁਛ ਹੋਰ ਹੈ ਹੱਦ ਹੋ ਰਹੀ ਹੈ ਮੈਂ ਮਰ ਜਾ ਜਦੋਂ ਵੀ ਰੋਟੀ ਖਾਓ ਨਾ ਜਾਂ ਤਾਂ ਹੱਥ ਆਪਦੇ ਸਾਫ਼ ਕਰ ਦੋ ਪੈਂਟ ਨਾਲ
या मंजे दी बाही नाल बे माड़ी मोटी शर्म तां कर ला तैनूं देखण वाला की कहू कोई ए ईब मेनू के लोड़ है हाथ धोण की तौ आ तां गई मेरे घरे धोते पैर आली जे तेनू बारा गर्दियां करन वाला परौणा मिल जांदा तेनू फेर पता लगदा ईब तां तेनू काम वाला बंदा मिल गया तौ कदर नहीं करदी आहो मैं तां आपे आ धोते पैर आली हाथ नहीं धोंदा वास्ता नहीं उई झूठे हत्थां नाल जाके दुकान ते धूपबत्ती कर देंगा बोले मैं तो उदी सोच लिया था भी तेरे तो कर्म फूट गया आज मैं कट्टे नू मैं कड़ा जहर दे के मारता थी अद्धी रात तक प्यो पुत्र ला के छड़े जा पौआ ढोल ते नचदे रहे कट्टे दी गौर नहीं करी मैं इसने सिंगा ते चक लिया ओ गल घुट के मर गया हले कसूर मेरे च कड़दा देख रहा मेनू बौला बनाई जावे कहंदी कट्टा तो गल घुट के मरया था ना तए तो फलकारी में मुंह नहीं नंगा करया तेनू के पता लग गया भी कट्टा गल घुट के मरया ईवले मेनू ए बौला बनाई जावे रे कमाल हुरी है बोले है जिस दिन की आई है उस दिन का घाटी घाटा पड़ी जाए कोई मर्जी सौदा कर ले घाटे नु तो तेरे बहुत सैलर चल देते है ना जदो मैं ब्याही आई थी आर्केस्ट्रा वालियां नाल पैसे चुगण ते लग्या होया थी तू दुकान ता तेरी हुन पई आ बड़ा घाटे दा लै रे बोले कमाल करी जावे ए ईबनो ता मैं उदो चंगा था जदो पैसे चुगया करदा था मेरे मोढे में पैसे वाला बैग होवे ता बड़े बड़े लोग मेरे पो खुले पैसे लैण आवे ते हैं ईब मेरे बटुए में दस का नोट भी नहीं हुंदा कई बार तो भूकी का कार्ड लाण वास्ते गली मियो कागज चकना पड़ा बे इत्थी भौंकी जावेगा कि हुण जावेगा भी दुकान ते भाग जा जे दुकान खोलेगा ता चार पैसे बनणगे आ माड़ी जनानी ने बोले तो लै लिया इसनो तो तौरंडी चंगा ता या तो जाड़ के हटेगी भी गर्मी मरी जाता तो भी नहला अपनी दुकान पे लड़के गया उसका के मतलब है भी अपने ना लड़ाई करने की मेरी तो बात सुनो उसको अपने चार साल के पैसे लेने हैं जे कोई उरे आके चिरड़ फिरड़ करे उसे खड़का दया कर उसका क्या मतलब होया उरे अपना जुलूस काटने का जुलूस तो आपको कटना चाहता उसका मेरी बात सुन की कह मैं भी मारा बूढ़ा गर्मी मरा कहते ऐ कह दिया कर कहते मारे लग नहीं है टाइम जे बूढ़ा थारा गर्मी में मरा कहते पहाड़ा में छोड़े हो ठीक है उस्ताद जी वो नाले पतंदर आया के करन लग रहे तो हरेक नट की जंड करते हैं थोड़े मार मार माड़ा मोटा इस पे जोर तो ला लिया कर तड़के खोजली है ना उस्ताद जी खुल नहीं रहा कहना खुल नहीं लिया अच्छा हुन नट खोलने वाले और बंदे लेने पड़ेंगे मोटर नु बनने वाले और बंदे लेने पड़ेंगे तेरे पता कमाल हो रही है उस्ताद जी मैं तेरे फिर शेणी नाले पढ़दा ना हुंदा शेणी नाले पढ़दा ना मैं तेरे बाप दी लिहाज सोचूं भी चल उस नाल मेरी पुरानी लिहाज थी तो मेरे सिर पे चढ़ी जाए मेनू काम बधाना तो केता बगैड़ी जावे तो तू जान दे जिस दिन मेनू गुस्सा चढ़ गया ना फिर नाले तू भज्जा करेगा उस्ताद जी तो छो चाह नहीं ले चाह चाह हाँ रे चाह तो मैं भूल आया के बताऊं इस तरह का ताऊ मिल रहा है इस तरह की मेनू जनानी मिल रही है पूरे ताऊ नहीं मेनू राह दिंदा सरदार हाँ सरदार आ गया सताज जी न्यू हो गया सताज जी न्यू हो गया करे जाना ओ रंडी रोना पाके बह जाए मेरा तो सारी दिमाग चाट के थमे दोवे न्यू करता हूं चख लिया मैं तो आप जड़ा सवेरे चमचा लाया था सारा उठ ही लड़ाई करके सारी उसने तार दिया मैं भी एक चमचा लाऊंगा फिर चाह पियांगे काडी दा फिर माड़ा मोटा कोई काम धंधा करांगे न्यू कर तो चाक ले बाज के जा मैं नहीं आंदा उस्ताद जी मैं मोटर खोलदा तुसी लेओ मेनू तो गुड़ी जी घेर के खड़ जाइए साडा पखा लाके जा मैं रस की करा ले कहदा बुड़ी सी घेर ले ओहो किस उसका के नाम है सुनीता हाँ जी ले ओ के बात है पैसा तो दिंदी नहीं पंजी दिंदी नहीं काम करा लेगी फिर कह देगी थवे जाऊंदे बस दे रहो ले न्यू आपा जाऊंदे बस दे रहांगे मैं भी यही गल कही तिनू उस्ताद जी सवेरे उसनु गाप मार दिया कर उसनु न्यू कह दी कहदे मिस्त्री जींद गया होया है तेरे वाली समान लैन गया होया है जो जींद पो आ गया फिर बनेगा तेरा पखा जा भज के जा ठीक है उस्ताद जी मैं लेके आना
सवेरी लग जा फलाना न्यू का जेड़ा कहना हुंदा मेरा काम नहीं करया कहिंदे तेरा नहीं काम करन लग रहे भी कोई बड़ी बात हो वेला तेरा थरिया पड़ा जमी तू मैनू करेगा पास जा बाज के जा चाह लिया जे चाह लिया मैं फिर काम धंधे हथ पड़ेगा मेरा तो आप जमी काल जा खुस कर लग रहा है ठीक है उस्ताद जी मैं लिया मोटर खोलो आपे खोल दूंगा मोटर तो मैं तो चाह चाक लिया बापू चाक लिया सच्ची गल करू फिर तो मैं बाजदा चुगलखोर भी बिल्ला चुगलियां लाउंदा ठीक है मेनू तो हुण चाह लैना आप हुण आई नहीं पता किधर लंघ जे जे शटर ला गया अगला कहूगा दुकान बंद है जे शटर खुला छट गया अगला चाबियां चक के ले जूगा मैं मर जां की करे फिर दारू पियाती चलो जी भी तुसीं आपदा समान लिख के दे दे आप ही लियाऊगा अगला तू प्लाट लेके दिंदा नाले लड़ी जीप ते गेड़े लाउंदा चुनिया देख के ता बोला की भाषण बोली जाना मैं की करा भरजाई मैं तो तेरा दुख देखिया नहीं जाता खून बड़े खान लग जाता समझ तो दीदा नहीं तो महा पढ़ाई नहीं हैगी कठे परजाई तो नहीं कहिंदा हां हां पढ़ाई है कहना किस तरह काम करेगा ना तो रोटी में बरकत है ना चाह में बरकत है बोल बंदा के करे इस माड़ी जनानी ने तो मैं न्यू ही चंगा था न्यू ही चंगा था इस तरह का तो मिल रहा है मेरा तो न्यू मैं न्यू मन बना रखा था मैं तेन जींद तोरूंगा आप जनरेटर नहीं लैके ते जींद उन्हें कहीं अपना कैश रहा है उन्होंने सूचे बंद कर ली लै मैं ऐसी मैं तेनू तोरूंगा तो कैश फड़ लिया तू कि लैगा कैश फड़ के तो चाह नहीं लिया सकया उस्ताद जी तुम भी ना होर ही गल कर आपकी जलानी तो समझ नहीं मेरे तेरे मरी जाने वो तो घरे नहीं टिकती तो गया था घरे गया था उठे जींदा तो नहीं लग्या होया कुंडा लग्या होया होना तो वह आप कर लिया दो घुट चाह की उस्ताद जी कुंडे ते जिंदे च मैनू फर्क ही नहीं पता कमाल करी जाने हो यार जनानी की तो मैनू लातां तोड़नियां पड़नियां लातां तोड़नियां पड़नियां मैनू ये जाना पड़ेगा तो कठे पूरी पावां कठे मर्जी तोड़ दे किसी के घरे पैसे लैण तोड़ दे उठे नहीं पैसे पांच रुपये नहीं कदे लैके दिए न्यू कब है वह न्यू कब है तो एक तो इस तरह का हो गया एक जनानी मैं तो थामने दो ने लै लिया मेरा तो सारी दिमाग चाट के थामे दो उस्ताद जी मेरे ते की रोब मार दो करे तो रोब चलता नहीं आपकी जनानी ते मेरा साला मैनू पुठा बोली जावा मैनू पुठा बोली जावा चाह की गुट नहीं लिया मेरे भी रोब मरी जाए आ रहा बोले तो होए बात बन गई आ जाने दे शाम नूं कदे किसे के घरे वागी कदे किसे के घरे वागी कौले कच्छण की आदत पड़ रही है फिर कहने भोला तो काम नहीं करता भोला तो काम नहीं करता मैनू ये बदनाम करी जाए।
ਕਿੱਧਰ ਲੰਘ ਗਿਆ ਪਰਹਾਈ ਦੱਸੇ ਤਾਂ ਹੈਗਾ ਤੂੰ ਮੈਂ ਸਾਨੂੰ ਕਦੇ ਕਿਸੇ ਲਵੇ ਭੁੱਕੀ ਖਾਣ ਵਗ ਗਿਆ ਕਦੇ ਦਾਰੂ ਪੀਣ ਵਗ ਗਿਆ ਲੰਘ ਗਿਆ ਹੋਣਾ ਕਿਸੇ ਲਵੇ ਨਸ਼ਾ ਪੱਤਾ ਕਰਨਾ ਬੜਾ ਤਪਾਈ ਇਹਨੇ ਤਾਂ ਮੈਂ ਆ ਜਾਣ ਦੇ ਅੱਜ ਹੁਣ ਤਾਂ ਮੈਂ ਲਵਾਉਣੀ ਆ ਕਾਰਡ ਭੁੱਕੀ ਦਾ ਉਹੀ ਤਾਂ ਇੱਥੇ ਬੈਠੀਆਂ ਮੈਂ ਉਹੀ ਤਾਂ ਗੱਲ ਆ ਪਰਹਾਈ ਉਹ ਕਿਹੜਾ ਦੁਕਾਨ ਤੇ ਟਿਕਦਾ ਉਹਨੂੰ ਸਮਾਰ ਕੇ ਖੜਕਾਇਓ ਐ ਤਾਂ ਆਪਾਂ ਫੇਲ ਹੋ ਜਾਾਂਗੇ ਸਾਰਾ ਪ੍ਰੈਸ਼ਰ ਤਾਂ ਮੇਰੇ ਤੇ ਰਹਿੰਦਾ ਕੰਮ ਦਾ ਨਿਉਂ ਜੀ ਗਰਫਕਾ ਗਲ ਘੋੜ ਕੇ ਮਾਰ ਦੇ ਦੁਸਤਾ ਜੀ ਪਰਹਾਈ ਮਿਲੀ ਨਹੀਂ ਜੇ ਮਿਲ ਜਾਂਦੀ ਮੈਂ ਚਾਹ ਨਾ ਲਿਆਂਦਾ ਓਹੋ ਤਾਂ ਔਰ ਮੇਰੇ ਜ਼ਖਮਾਂ 'ਤੇ ਲੂਣ ਭੁੱਕੀ ਜਾਏ ਦੁਸਤਾ ਜੀ ਹੁਣ ਫੇਰਾ ਕਹਿੰਦਾ ਹੁਣ ਫੇਰ ਆ ਜਾਣ ਦੇ ਘਰੇ ਘਰੇ ਤੋਂ ਆਏਗੀ ਸ਼ਾਮ ਤੱਕ ਤੋਂ ਆਏਗੀ ਮੈਨੂੰ ਇੱਕ ਵਾਰ ਮੇਰੇ ਸਾਹਮਣੇ ਆ ਜਾਂਦੇ ਉਸਕੀਆਂ ਟਾਂਗਾਂ ਨਾ ਤੋੜੀਆਂ ਮੈਨੂੰ ਬੋਲਦਾ ਕੌਣ ਕਹੇਗਾ ਉਸਤਾ ਜੀ ਤੁਸੀਂ ਜਮੀ ਨਹੀਂ ਡਰਦੇ ਆਪਦੀ ਘਰ ਹੈ ਤੋਂ ਕਹਿੰਦਾ ਜਮੀ ਨਹੀਂ ਡਰਦੇ ਉਸਨੇ ਤਾਂ ਮੈਂ ਤਪਾਰਖ ਹੈ ਤਪਾਰਖ ਉਸ ਨੂੰ ਤਾਂ ਮੈਂ ਨਿਊ ਹੀ ਚੰਗਾ ਤਾਂ ਨਿਊ ਹੀ ਚੰਗਾ ਤਾਂ ਉਸਤਾ ਜੀ ਇੰਨਾ ਦੁਖੀ ਹੋ ਤੁਸੀਂ ਪਰ ਹਾਈ ਤੋਂ ਜੇ ਸਰਕਾਰ ਇੱਕ ਕਤਲ ਮਾਫ ਕਰਦੇ ਨਾ ਉਸ ਨੂੰ ਤਾਂ ਮੈਂ ਕਦੋਂ ਕਾ ਗੋਲੀ ਮਾਰ ਕੇ ਗੱਡੀ ਚਾੜਦਾ ਹਾਂ ਉਸਤਾ ਜੀ ਚੱਕ ਕੰਮ ਕਰਿਓ ਇਧਰੋਂ 16-17 ਦੀ ਚਾਬੀ ਫੜਾਓ ਪਰ ਜਦੋਂ ਕਾ ਮੈਂ ਕਿਹਾ ਤੂੰ ਠੀ ਬੈਠਾ ਰਹੇ ਇਸ ਕੀ ਕੰਮ ਨਹੀਂ ਕਰਿਆ ਤੂੰ ਕਿਸ ਨਾਲ ਬਾਤਾਂ ਮਰੀ ਜਾਂਦਾ ਤੂੰ ਉਸਤਾ ਜੀ 16-17 ਦੀ ਚਾਬੀ ਫੜਾਓ ਪਤਾ ਲੱਗ ਜਾਊ ਹਾਂ ਆ ਗਿਆ ਹੁਣ ਬੋਲ ਕੀ ਬੋਲਦਾ ਤੀ ਇਧਰ ਨੂੰ ਹੋ ਜਾ ਮੈਂ ਤਾਂ ਕੀ ਬੋਲਣਾ ਮੈਂ ਤਾਂ ਨਿਊ ਹੀ ਕਹੂੰ ਤਾਂ ਵੀ ਬੰਦਾ ਔਰ ਜਨਾਨੀ ਗੱਡੀ ਕੇ ਦੋ ਪਹੀਏ ਹੋਵੇ ਜੇ ਇੱਕ ਟਾਇਰ ਪੈਂਚਰ ਹੋ ਜਾ ਗੱਡੀ ਚੱਲਦੀ ਹੁੰਦੀ ਔਰ ਮੈਂ ਕੀ ਕਹਿਆ ਕਤਲ ਮੇਰੇ ਹੁਣ ਮੈਂ ਕੀ ਕਹਿ ਰਿਹਾ ਹੂੰ ਤਾਂ ਹੂੰ ਹੀ ਮੇਰੇ ਗਲ ਪਾੜਨ ਲੱਗ ਰਹੀ ਹੈ ਤੂੰ ਮੈਨੂੰ ਐਂ ਦੱਸ ਪਹਿਲਾਂ ਮੇਰਾ ਕਤਲ ਕਰਕੇ ਦਿਖਾ ਇਧਰ ਹੋ ਇਧਰ ਮਰ ਜਾ ਕਿੱਥੇ ਜਾ ਰਿਹਾ ਸੀ ਮੈਨੂੰ ਐਂ ਦੱਸ ਦੇ ਮੈਂ ਤਾਂ ਚਾਹ ਲੈਣ ਗਿਆ ਤਾਂ ਔਰ ਮੈਂ ਕਿੱਥੇ ਗਿਆ ਦਾ ਮਰੋ ਮੁੱਕੀ ਕਹਿੰਦਾ ਚਾਹ ਲੈਣ ਜਾ ਰਿਹਾ ਸੀ ਚਾਹ ਤਾਂ ਮੈਂ ਲੈ ਕੇ ਆਈ ਹਾਂ ਕਿਹੜੇ ਵਕਤ ਦੀ ਬੈਠੀ ਹੈ ਇੱਥੇ ਲੈ ਮੈਂ ਤਾਂ ਇਹ ਤੋਂ ਕਹਿ ਮੈਂ ਘਰੇ ਗਿਆ ਉਹ ਜਿੰਦਾ ਲੱਗ ਰਿਹਾ ਸੀ ਮੈਨੂੰ ਬੇ ਬਿੱਲੇ ਮੈਨੂੰ ਕੁਝ ਮਿਲ ਨਹੀਂ ਰਿਹਾ ਤੇ ਕੀ ਮਾਰਾ ਮੈਨੂੰ ਦੇ ਚੱਲ ਲੈ ਪਰ ਹਈ ਮੇਰੇ ਖਤ ਮਰਾ ਸਾਲਾ ਤੂੰ ਤਾਂ ਮੰਗਿਆ ਸੀ ਤੂੰ ਮੈਨੂੰ ਗਿਆ ਕਿੱਥੇ ਤੂੰ ਮੈਨੂੰ ਇਹ ਦੱਸ ਪਹਿਲਾਂ ਮੈਂ ਤੇਰੇ ਜੰਮਦੇ ਨੂੰ ਰੋਣੇ ਗਿਆ ਤਾਂ ਮੈਂ ਘਰੇ ਗਿਆ ਤਾਂ ਚਾਹ ਲੈਣ ਜੰਮਦੇ ਨੂੰ ਰੋਣੇ ਗਿਆ ਸੀ ਪਰ ਤੂੰ ਬੈਠਾ ਜਾ ਰਹੀ ਸੀ ਮੈਂ ਚਾਹ ਲੈਣ ਗਿਆ ਤਾਂ ਮੈਂ ਕਿੱਥੇ ਆਈਆਂ ਉਹਨਾਂ ਦੀ ਬੈਠੀ ਤੈਨੂੰ ਦੇਖ ਰਹੀ ਆ ਕਿੱਧਰ ਨਿਕਲ ਰਹੇ ਤੂੰ ਲੈ ਮੈਨੂੰ ਬਾਲਾ ਬਣਾਈ ਜਾ ਬਾਲਾ ਬਣਾਈ ਜਾ ਕਿ ਨਹੀਂ ਕਦੋਂ ਕੀ ਬੈਠੀ ਆ ਮੈਂ ਉਰੇ ਤੂੰ ਦੱਸ ਮੈਂ ਕਦੋਂ ਦਾ ਗਿਆ ਹੈ ਉਹੀ ਤਾਂ ਗੱਲ ਆ ਭਾਈ ਕਦੋਂ ਦਾ ਗਿਆ ਸੁਣ ਲੈ ਫਿਰ ਪੜੋ ਜਾ ਮੈਂ ਚਾਹ ਲੈਣੇ ਗਿਆ ਤਾਂ ਔਰ ਮੈਂ ਇਕੱਠਾ ਗਿਆ ਤਾਂ ਫਿਰ ਮੈਂ ਵੀ ਆਇਆ ਨਹੀਂ ਬੋਲ ਪਾ ਮੈਂ ਵੀ ਤਾਂ ਵਹੀ ਕਹੇ ਵੀ ਕਦੋਂ ਦਾ ਗਿਆ ਪਰ ਮੈਨੂੰ ਚਾਹ ਲੈਣ ਦਾ ਜਾਣੀ ਸੀ ਘਰੇ ਗਿਆ ਤੇ ਮੈਂ ਕਿਤੇ ਹੋਰ ਗਿਆ ਦਾ ਕਿਤੇ ਮੈਨੂੰ ਐ ਦੱਸ ਦੇ ਤਾਂ ਕਿਹੜੇ ਨੇ ਟੁੱਲੂ ਪੰਪ ਸਮਾਰਤਾ ਕਿਹੜੇ ਵਕਤ ਦੀ ਆਇਓ ਤੁਸੀਂ ਇੱਥੇ ਭੁੱਖੇ ਡਿੱਡ ਕਿਸ ਤਰ੍ਹਾਂ ਕੰਮ ਕਰੇਂਗੇ ਜੇ ਸਵੇਰੇ ਰੋਟੀ ਖਾਈ ਉਦੋਂ ਤਾਂ ਲੜਾਈ ਕਰ ਲਈ ਈਵ ਮੈਂ ਚਾਹ ਲੈਣ ਗਿਆ ਉੱਥੇ ਜਿੰਦਾ ਲੱਗ ਰਿਹਾ ਤਾਂ ਪਹਿਲਾਂ ਇਹ ਗਿਆ ਇਹ ਨਿਊ ਹੀ ਮੁੜਿਆ ਆ ਬੋਲ ਹੋਰਾਂ ਮੈਂ ਕੀ ਕਰੂੰ ਮੈਂ ਕੀ ਕਰੂੰ ਮੇਰੇ ਤੋਂ ਦਿਮਾਗ 'ਚ ਫਰਕ ਪੜ ਗਿਆ ਤੋਂ ਮੈਨੂੰ ਮਾਰੇਗੀ ਤੋਂ ਗੋਟ ਦੇ ਗੋਟ ਦੇ ਗਲ ਗੋਟ ਦੇ ਮੇਰਾ ਗੜ ਗਲ ਗੋਟ ਦੇ ਛਾਪਾ ਤੋਂ ਮੁੱਕ ਜਾਏਗਾ ਛਾਪਾ ਮੁੱਕ ਜਾਏਗਾ ਕੋਈ ਕੰਮ ਕਰਕੇ ਆ ਜਿੰਦੇ ਤੂੰ ਭੁੱਕੀ ਦਾ ਕਾਰ ਲਵਾਉਣ ਨੂੰ ਕਹਦੇ ਹੁਣੇ ਵਗ ਜੂਗਾ ਹੈ ਕਦੇ ਕਿਸੇ ਕੋਲ ਭੀਮ ਖਾਣ ਵਗ ਜੂਗਾ ਕਦੇ ਦਾਰੂ ਪੀਣ ਨਿਕਲ ਜੂ ਬੇਟੇ ਕੰਮ ਕੰਮ ਤੁੰਦਾ ਕਰਨਾ ਮੈਨੂੰ ਟਾਈਮ ਤੇ ਰੋਟੀ ਟਾਈਮ ਤੇ ਮੈਨੂੰ ਚਾਹ ਦਿਆ ਕਰ ਟਾਈਮ ਤੇ ਰੋਟੀ ਦਿਆ ਕਰ ਮੈਂ ਆਪੇ ਨੀ ਕੰਮ ਕਰੂ ਭੁੱਖੇ ਢਿੱਡ ਬੰਦਾ ਕੀ ਕਰੇਗਾ ਹੁਣ ਤਾਂ ਤੇਰੀ ਹਵਾ ਨਿਕਲਣੀ ਦੀ ਜਦ ਆ ਕੇ ਬੈਠਦੀ ਕਿਵੇਂ ਚਾਵਰ ਚਾਵਰ ਬੋਲਣ ਲੱਗ ਰਿਹਾ ਸੀ ਚੱਲ ਮੈਂ ਤੈਨੂੰ ਮੋਟਰ ਦੇਣੀ ਆ ਤਾਂ ਮੈਨੂੰ ਚਾਹ ਕੀ ਘੂਟ ਪਾ ਸਾਰੀ ਨਸ਼ਾ ਤਾਰ ਦਿਆ ਇਸ ਤਰ੍ਹਾਂ ਕੀ ਜਨਾਨੀ ਰੱਬ ਕਿਸੇ ਨੂੰ ਚੱਲ ਦੇਵੇ ਕਿਸੇ ਨੂੰ ਨਾ ਦੇਵੇ ਲੈ ਦੇਖ ਲਾ ਸਾਰੇ ਘਰ ਚ ਪਾਲ ਲਿਆ ਆ ਲੱਗ ਰਿਹਾ ਦਰਖਤਾਂ ਚ ਪਾਣੀ ਪਾਉਣ ਬਈ ਜਦੋਂ ਇਹ ਦਰਖਤ ਹੋਣਗੇ ਉਦੋਂ ਤਾਂ ਤੂੰ ਮਰ ਮੁਰ ਜਾਏਗਾ ਨਹੀਂ ਇਹੀ ਤਾਂ ਆਪਣੇ ਲੋਕਾਂ ਦੀ ਇਹੀ ਮਾੜੀ ਸੋਚ ਹੈ ਜੇ ਆਪਾਂ ਨੂੰ ਇਹਨੂੰ ਸੁਖੂਗਾ ਆਉਣ ਵਾਲੀ ਪੀੜ੍ਹੀ ਨੂੰ ਤਾਂ ਸੁਖੂਗਾ ਬਈ ਮੈਥੋਂ ਨਹੀਂ ਤੇਰੇ ਨਾਲ ਪਕਾਈ ਵੱਜਦੀ ਹੈਗੀ ਠੀਕ ਆ ਉਹ ਪੱਖੇ ਨੂੰ ਕਾਇਦਨ ਹੋ ਗਏ ਭੁੱਲ ਮਿਸਤਰੀ ਦਰੇ ਨੂੰ ਉਹ ਪੱਖਾ ਚੱਕ ਲਿਆ ਗਰਮੀ ਮਾਰਨ ਲੱਗ ਰਹੇ ਆਪ ਤਾਂ ਕਦੇ ਕਿਸੇ ਚੌਂਕੜੀ ਤੇ ਜਾ ਕੇ ਬੈਠ ਗਿਆ ਕਦੇ ਕਿਸੇ ਕੋਲੇ ਬੈਠ ਗਿਆ ਜਾ ਕੇ ਨਹੀਂ ਮੇਰੀ ਨਹੀਂ ਉਹ ਮਿਸਤਰੀ ਨਾਲ ਬਣਦੀ ਪਹਿਲਾਂ ਦੋ ਪੱਖੇ ਖਰਾਬ ਕਰਦੇ ਨਾ ਪੱਖੇ ਮੁੜ ਕੇ ਪੱਖੇ ਦਿੱਤੇ ਉਹ ਇਹ ਘਟਿਆ ਬੰਦਾ ਤੂੰ ਮੈਨੂੰ ਰਹਿਣ ਦੇ ਤੂੰ ਆਪੇ ਵਗ ਜੀ ਉੱਥੇ ਪੱਖੇ ਲੈਣਾ ਮੇਰੀ ਤਾਂ ਗਰੰਟੀ 'ਚ ਪਤਾ ਕੀ ਹੈ ਗਰੰਟੀ 'ਚ ਮੇਰੀ ਹੋਊਗੀ ਲੜਾਈ ਮੇਰੇ ਤਾਂ ਪਹਿਲੀ ਪਰਚੇ ਮਸਾਂ ਨਿਬੜੇ ਨੇ ਇੱਕ ਤਰਲੋਚਨ ਦੀ ਕਮੇਟੀ ਪੰਜ ਪਿੰਡਾਂ ਦੀ ਪੰਚਾਇਤੀ ਕੋਈ ਨਹੀਂ ਖੜਿਆ ਬਾਕੀ ਅਣਪਸਾ ਪਛਾਤੇ ਕਰਤੇ ਸਾਡੇ ਦੋ ਬੰਦਿਆਂ ਦੇ ਕੇਸ ਪਾਤਾ ਚਾਰ ਸਾਲਾਂ 'ਚ ਮਸਾਂ ਨਿਬੜਿਆ ਮੈਂ ਨਹੀਂ ਉੱਥੇ ਜਾਂਦਾ ਤੇਰੀ
पिंड च किसी बनती भी है, कदे किसी सिंह पसा लेना कदे किसी घरे भी सत्र खाना चौरे बारे भी सत्र खाता रहना गा तू नहीं होर मिस्त्री समराल दी होर मिस्त्री जिहड़ा मर गए सारा पिंड च आउंदा मिस्त्रियां दा दस मैं पक्खे वधिया समारदा गा कंजरा दिंदा दा पक्खा मसांगा समार के पर समारदा वधिया गा ओ पहले वाले दो रखी बैठे आ तीजा होर पसाता इक उच वे तू मैनूं आए दस दे पक्खा लियाउणा चक्के के लियाउंदा नहीं हैगा मैं नहीं जांदा ओदे मां ना मेरी बणे ओदे नाल जे बागे उत्थे लड़ाई हो जूगी मेरे ते परचा फेर पैजू मैं पहली मसा निबड़िया जिदन किसे चक के गोडन थले धर लेना फेर लगूगा पता तेनूं भी ओ मैं तां 1.5 साल नूं बाहर बग जू आ ਹੋਰ ਬਾਰੇ ਤੈਨੂੰ ਅਡੀਕਾਂ ਲੱਗ ਰਹੇ ਨੇ ਛੇਤੀ ਵੀ ਆ ਜਾ ਘਰੇ ਦਾ ਤੇ ਤਾਂ ਪੂਰੀ ਪੈਂਦੀ ਨਹੀਂ ਬਾਹਰੇ ਜਾ ਕੇ ਪੂਰੀ ਪਾਵੇਂਗਾ ਤੂੰ ਉੱਥੇ ਚੰਗਾ ਤੂੰ ਲਿਆ ਪੱਖਾ ਜਾ ਕੇ ਮੈਂ ਨਹੀਂ ਜਾਂਦਾ ਹੈਗਾ ਬੜਾ ਸਿਆਪਾ ਸੜਿਆ ਹੁਣ ਮੈਂ ਜਾਵਾਂ ਪੱਖਾ ਲੈਣ ਆਹ ਤੂੰ ਹੀ ਬਗਿਆ ਚੱਲ ਠੀਕ ਆ ਮੈਂ ਹੀ ਲਿਆਉਂਦੀ ਆ ਪੱਖਾ ਆਹੋ ਦੇਖ ਲਾ ਚੋਰੇ ਨੇ ਚਿੱਟੇ ਪਾਰਖੇ ਨੇ ਕੱਪੜੇ ਲੀਲੀ ਬੰਨ ਰੱਖੇ ਪੱਗ ਮੌਜ ਨਾਲ ਫਿਰਦਾ ਗਾ ਠੁਮਕੇ ਲਾਉਂਦਾ ਬੜਾ ਸਿਆਪਾ ਸੜਿਆ ਇਹ ਤਾਂ ਨਹੀਂ ਕੋਈ ਕੰਮ ਕਰਦਾ ਹੈਗਾ ਪਰ ਹੁਣ ਲੜ ਕੇ ਵੀ ਕੀ ਕਰੂੰਗੀ ਲੋਕ ਹੋਰ ਤਮਾਸਾ ਦੇਖਣਗੇ ਚੱਲ ਪੱਖੇ ਦੀ ਜਾਨ ਨੂੰ ਰੋਕ ਕੇ ਆਉਂਦੀ ਆ ਪਹਿਲਾਂ ਉੱਥੇ ਜਾਂਦੀ ਆ ਚੱਲ ਕੁੜੇ ਗਾਗ ਨੂੰ ਉਰੀ ਮਿਲ ਗਈ ਤੂੰ ਤਾਂ ਮੈਨੂੰ ਮੈਂ ਤਾਂ ਤੇਰੇ ਕੋਲ ਹੀ ਜਾਂਦੀ ਤੀ ਲਾਂਬਾ ਹਾਂ ਜੀ ਨਹੀਂ ਮੈਂ ਤਾਂ ਤੇਰੇ ਘਰ ਵਾਲੇ ਨੇ ਤਾਂ ਪਾ ਰੱਖੀਆਂ ਭੈਣੇ ਪੱਖੇ ਕਣੀਆਂ ਨਾ ਅਸੀਂ ਇੰਨੇ ਬਦੀਨ ਹੋ ਰਹੇ ਆ ਗਰਮੀ ਚ ਕੰਨੇ ਵੀ ਕਹਦੇ ਪੱਖੇ ਨਹੀਂ ਸਮਾਰ ਕੇ ਦਿੰਦਾ ਰੁੜ ਜਾਣਾ ਮੈਨੂੰ ਤਾਂ ਉਹ ਨਹੀਂ ਤੈਨੂੰ ਕੀ ਦੱਸਾਂ ਚਾਚੀ ਉਸ ਦਾ ਸੀ ਆਪਾਂ ਕਰਕੇ ਆ ਰਹੀ ਆ ਕਿਸੇ ਦੀ ਕੋਈ ਚੀਜ਼ ਟਾਈਮ ਤੇ ਸਮਾਰ ਕੇ ਨਹੀਂ ਦਿੰਦਾ ਇੱਕ ਉਹਦੇ ਨਾਲ ਦਾ ਹੋਰ ਰਲ ਰਿਹਾ ਉਹਦੇ ਨਾਲ ਉਹ ਬਿੱਲਾ ਨਹੀਂ ਗਾਗ ਨਾ ਮੈਂ ਤਾਂ ਤੇਰੀ ਮਾਰੀ ਚੁੱਪਤੀ ਗਈ ਨਹੀਂ ਹੁਣ ਨਾ ਮੈਂ ਕਿੱਦਣ ਦੇ ਸੋਲੇ ਪਾ ਦਿੰਦੀ ਕੰਜਰ ਨੂੰ ਮੈਂ ਤਾਂ ਇੱਕ ਉਹਦੇ ਨਾਲ ਹੋਰ ਰਲ ਹੈਗਾ ਉਹ ਕਦ ਰੱਖਿਆ ਤੁਸੀਂ ਨੇ ਵਿੰਗਾ ਜਾਂ ਮੂੰਹ ਕਰਕੇ ਕਦ ਰਿਕਾਰਡ ਲਾਊਗਾ ਐ ਕਰ ਕਰਕੇ ਨਾ ਸਿੱਧਾ ਬੋਲਣਾ ਆਵੇ ਕੰਜਰ ਨੂੰ ਮੇਰੇ ਭਾਜੇ ਤਾਂ ਚਾਚੀ ਤੂੰ ਕੁਝ ਮਰਜ਼ੀ ਕਰ ਛਿੱਤਰ ਪਤਾਣ ਕਰ ਦੇ ਕਮ ਸੇ ਕਮ ਸੂਤ ਤਾਂ ਆ ਜਾਊਗਾ ਮੈਨੂੰ ਤਾਂ ਨਹੀਂ ਕੋਈ ਗੱਲ ਮੰਨਦਾ ਹੈਗਾ ਮੇਰੀ ਚੱਲ ਕੋਈ ਨਾ ਹੁਣ ਜਾ ਕੇ ਉਹਨੇ ਦੁਕਾਨ ਤੇ ਮੈਂ ਦੇਨੇ ਤਨੇਸ਼ਰੀ ਉਹਨਾਂ ਨੂੰ ਜਾ ਰਹੇ ਉੱਥੇ ਆ ਠੀਕ ਆ ਲੈ ਦੱਸ ਆ ਬਹੂ ਕੀ ਕਰੇ ਵਿਚਾਰੀ ਕਿੱਥੇ ਹੋ ਭੋਲਾ ਕਿੱਥੇ ਬਹੂ ਕੋਤਰੀ ਵਰਗੀ ਆਲੇ ਕੀ ਸੋਹਣੀ ਆ ਧਰੀ ਪਈ ਤੀ ਕੰਜਰ ਦੇ ਵਿੰਗੇ ਜੇ ਕਰਮਾਂ ਚ ਕਰਮੇ ਚੰਗੇ ਦੇ ਉਦਾਂ ਕੋਈ ਤਾਂ ਕਹਿੰਦੇ ਨੇ ਤੂੰ ਹੀ ਡੱਕਾ ਡੇ ਕਹਿੰਦਾ ਕੰਜਰ ਦਾ ਖੁੰਡੇ ਲਾਇਆ ਹੋਇਆ ਦੀ ਧੂਣੀ ਚ ਦੇਖਦੇ ਜਾਣੇ ਦਾ ਉਹ ਮਾੜਾ ਮੋਟਾ ਹੱਥ ਬੱਲਾ ਲਾ ਲਿਆ ਕਰ ਠੈ ਮਾਰ ਸੱਟ ਠੈ ਓ ਕੇ ਕਰ ਜਾ ਤੇਰੀ ਮਾਂ ਨੂੰ ਲੈ ਜਾ ਤੇਰੀ ਨੂੰ ਚੋਰ ਸਾਰੀਆਂ ਉਂਗਲਾਂ ਕਾ ਪੀਚਰਾ ਕੱਢ ਰੱਖਿਆ ਮਾਰ ਮਾਰ ਥੌੜੀਆਂ ਨੱਟ ਪੇ ਥੌੜੀ ਨਹੀਂ ਬਲਦੀ ਉਂਗਲ ਪੇ ਜੜ ਦੇਣੇ ਮਾਰੇ ਗਲਤੀ ਹੋ ਗਈ ਸਾਹ ਜੀ ਪਹਿਲੇ ਪੱਖਾ ਦੇ ਕਿੱਥੇ ਸਮਾਰਤਾ ਜੇ ਪੱਖਾ ਦੇਣ ਕਾ ਪਤਾ ਨਹੀਂ ਕੀ ਕਰ ਰੱਖਿਆ ਕਿਹੜੇ ਰੱਖ ਦਿੱਤੀ ਜੀ ਬੇ ਰੁੜ ਜਾਣਾ ਤੈਨੂੰ ਦੱਸਿਆ ਤਾਂ ਹੈਗਾ ਵੀ ਸੁਰਮੇ ਰੰਗਾ ਜਾਂ ਪੱਖਾ ਗਾ ਕਾਹ ਦਿਨ ਹੋ ਗਏ ਮੈਂ ਉਰੇ ਪਕਾਈ ਕਰਦੀ ਆਈ ਆ ਪਲੇਟ ਦਾ ਜਾਣਾ ਪੱਖਾ ਨਹੀਂ ਬਣਾ ਸਕੇ ਤੁਸੀਂ ਥੇ ਨਹੀਂ ਮੈਨੂੰ ਸੁਰਮੇ ਰੰਗਾ ਜੀ ਉਸਤਾਦ ਜੀ ਤੇਰੇ ਜੀ ਇਹਨਾਂ ਨੂੰ ਪੁੱਛੋ ਮੈਂ ਕਿਹਾ ਇਧਰ ਆ ਰਿਹਾ ਤੂੰ ਮੇਰਾ ਨਾਮ ਬਦਨਾਮ ਕਰਦੇ ਇਸ ਨੇ ਇਧਰ ਉਸਤਾਦ ਜੀ ਮੈਨੂੰ ਥੇ ਹੁਣ ਮੈਂ ਕੀ ਕਰਾਂ ਮੇਰੀ ਬਾਤ ਸੁਣ ਲੈ ਪੁੱਤ ਤੈਨੂੰ ਕਿਤਨੀ ਵਾਰ ਸਮਝਾਇਆ ਵੀ ਇਹਨੂੰ ਲਾਂਬਾ ਨਹੀਂ ਆਉਣਾ ਚਾਹੀਏ ਜਿਹੜਾ ਜਿਸਕਾ ਕੰਮ ਜਦੋਂ ਕਰਨਾ ਟਾਈਮ ਪੇ ਆਉਣਾ ਚਾਹੀਏ ਮੈਨੂੰ ਲਾਂਬਾ ਨਾ ਹੀ ਆਉਣਾ ਚਾਹੀਏ ਤਾਂ ਫਿਰ ਪੁੱਠਾ ਚੱਲਦਾ ਕਿਸੇ ਦਾ ਕੰਮ ਨਹੀਂ ਟਾਈਮ ਪੇ ਕਰਦਾ ਆ ਸਿਆਣੇ ਬਿਆਣੇ ਦੁਕਾਨ ਪਏ ਚੰਗੀ ਬਾਤ ਆਇਆ ਬੇ ਕਿੱਥੇ ਪਏ ਪੱਖਾ ਗਲਤੀ ਹੋ ਗਈ ਸਤਾਰ ਜੀ ਸਾਬੋ ਕਹਿੰਦਾ ਸਾਬੋ ਪੱਖਾ ਲੈ ਕੇ ਲੈ ਰੂੰ ਸਾਬੋ ਬੇ ਕਿਹੜੀ ਸਾਬੋ ਸਾਬੋ ਕਿ ਤਲਵੰਡੀ ਗਏ ਸੀ ਤੁਸੀਂ ਕੀ ਦੱਸੀ ਅੰਬੋ ਜੀ ਨੇ ਨਾ ਮੈਂ ਤਪਾ ਰੱਖਿਆ ਜਿਸਦੇ ਘਰ ਰੱਖਿਆ ਨਾ ਲਾਂਬੇ ਪੇ ਲਾਂਬੀ ਆ ਰਿਹਾ ਲੋਕ ਕੋਈ ਕਹਿੰਦੇ ਨਿਊ ਕਰਤਾ ਕਿਸੇ ਕੋਈ ਕਹਿੰਦਾ ਮੇਰੇ ਨਾਲ ਨਿਊ ਕਰਦੀ ਆ ਪੁੱਛੋ ਨਾ ਦੱਸ ਭਾਈ ਤਪਾ ਰੱਖੀਆਂ ਮੈਂ ਤਾਂ ਤੁਸੀਂ ਨੇ ਉਸਤਾਦ ਜੀ ਉਹ ਤਾਂ ਖੋਲਿਆ ਪਿਆ ਬਸ ਕਸਣ ਵਾਲੀ ਹੈ ਚਲੋ ਭਾਈ ਫਿਰ ਤੁਸੀਂ ਘਰੇ ਵਗ ਜਾਓ ਕੋਈ ਨਾ ਮੈਂ ਭੇਜ ਦੇਣਾ ਇਹਨੂੰ ਕੰਮ ਜਾ ਕਰਾ ਕੇ ਆਹ ਕੰਮ ਛੋੜ ਦੇਣਾ ਕਿ ਕੰਮ ਕਰ ਪਹਿਲਾਂ ਪਰਸੋਂ ਵੀ ਦੇ ਦੇਣੇ ਇਨਕਾ ਪੱਖਾ ਲਿਆ ਚੱਕ ਕੇ ਚੰਗਾ ਸੀ ਠੀਕ ਆ ਬੋਲੇ ਮੈਂ ਜਾਣੀ ਆ ਪੱਖਾ ਲਾ ਆਈ ਚਲੋ ਕੋਈ ਬਾਤ ਨਹੀਂ ਅੰਬੋ ਜੀ ਥਾਵੇਂ ਜਾਓ ਚੰਗਾ ਥਾਰੇ ਵੀ ਕੰਮ ਕਰਨ ਲੱਗ ਰਿਹਾ ਠੀਕ ਆ ਉਸਤਾਦ ਜੀ ਮੈਂ ਲਾ ਲਿਆ ਸਾਹਿਬ ਤੁਸੀਂ ਵੀ ਸਾਡੇ ਦੇਸ਼ ਦੇ ਨੇਤਾ ਵਾਂਗੂ ਮਿੰਟ ਮਿੰਟ ਤੇ ਬਦਲ ਜਾਣੇ ਬੰਦਾ ਦੇਖ ਕੇ ਦਲ ਬਦਲੂ ਨੇਤਾ ਨਾ ਹੋਣ ਤਾਂ ਬੰਦੇ ਤੁਸੀਂ ਵੀ ਫੁੱਦੂ ਹੀ ਨਿਕਲੇ ਮੇਰੇ ਸਾਲੇ ਮੈਂ ਕਿਸ ਨੂੰ ਯਾਦ ਵੋਟਾਂ ਪਵਾ ਦੀਆਂ ਤਾਂ ਉਹ ਅਬਕੀਏ ਮਾਰਨ ਲੱਗ ਜੇ ਉਸਤਾਦ ਜੀ ਤੁਸੀਂ ਉਹ ਤਾਂ ਕਹਿੰਦੇ ਨੇ ਉਹ ਤਾਂ ਬੋਲੀ ਜਾਂਦੀ ਆ ਬੋਲੀ ਜਾਣਦੇ ਹੁਣ ਉਹਦੇ ਹੋ ਕੇ ਖੜ ਕੇ ਬਣੋਈਆ ਆਪਣਾ ਕਾਰੋਬਾਰ ਹੈ ਠਹਿ ਉਹ ਆ ਗਈ ਤੀ ਉਰੇ ਲੜਾਈ ਕਰਦੀ ਉਸ ਕੋ ਪੈਂਡਾ ਤੋਂ ਛਡਾਣਾ ਤਾ ਹੁਣ ਤਾਂ ਸਮਝ ਲਿਆ ਕਰ ਸਮਝ ਲਿਆ ਕਰ ਤਾ ਹੁਣ ਮੋਟਰ ਸਮਾਰਨੀ ਹੈ ਕਿ ਪਹਿਲਾਂ ਤਾਂ ਪੱਖਾ ਸਮਾਰਨਾ ਹੈ
उनका पखा तो न्याल लेके कसाया उठा तो खोल के उनका पखा कसया जद न्याल लाया उसनू कह दी मिस्त्री जींद जा रहा समान लैने यूं काम चलिया कर होर के दस ठीक है उस्ताद जी फिर मैं जाना बग जा एनू खोल दियो ओ माए तेरा उस्ताद है कि तू साला मेनू भी ड्यूटी पे ला के जाए न्यू कर दो न्यू कर दो बाई जी जी तुसी ने साडी हुणे हुणे वीडियो देखी है किवें लगी कमेंट करके जरूर दस्यो बाई जिहड़े कमेंट करदे ने ओह बाईआं दा बहुत बहुत धन्नवाद बाई एक साडा इत्थे फेसबुक ते पेज है बीसीआर वाले जट उहनूं वी फॉलो करो ते वी असीं कमेडी तों कमेडी वीडियो पाउंदे रहिंदे आ बाई एक वीडियो नूं शेयर वध तों वध कर दिया करो हुण तुसी ने सुनीता देखे लई चार पैसे दिंदी हैगी कम करा के लै जांदी है कहिंदी है जिउंदे वसदे रहो भला इह जिउंदे वसदे रहि जूगा जे आपां किसे नूं कम करन वाले नूं पैसे नहीं देवांगे जिउंदे वसदे च रहि जूगा भला दसो पैसे देने तो जरूरी है पैसे तो बिना की है होवे तो भोले मिस्त्री को हमीर कढ़ा के पखा समरा के ले जा सकदे होंगे बहुत बढ़िया पखे समारदागा बहुत बढ़िया मिस्त्री ने पहला सुनीता हवा च बैठी है पखे दी च धन्यवाद जी।